दस दिन पहला हुई लड़ाई तो बाद गर्भवती महिला का होया मिस कैरेज। मृतक भ्रूण नूं लै थाने दे विच परिवारिक मैंबरां ने दित्ता धरना, इंसाफ दी कीती मंग। सत श्री अकाल, टीवी एनआरआई देख रहे हो तुसीं ते मैं हां अंजलि। अक्सर ही देखिया गया कि गली मुहल्लियां दे विच बच्चियां दीआं आपस दे विच लड़ाइयां हुंदियां रहिंदियां ने ते बच्चे जिहड़े ने आपस दे विच ही गल्लां नूं सुलझा लैंदे ने, मसलियां नूं सुलझा लिया जांदा है। पर कई वारी इन्हां मामूली लड़ाइयां तो बाद परिवारां दी आपस दे विच इस हद तक तकरार हो जांदी है, लड़ाई झगड़ा हो जांदा है कि बाद दे विच उसदा पछतावा जिहड़ा है ਉਹ ਦੋਵੇਂ ਪਰਿਵਾਰਾਂ ਨੂੰ ਝੇਲਣਾ ਪੈਂਦਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਿ ਇਸੇ ਤਰ੍ਹਾਂ ਹੀ ਮੁਹੱਲੇ ਦੇ ਵਿੱਚ ਆਪਸ ਦੇ ਵਿੱਚ ਦੋ ਬੱਚਿਆਂ ਦੀ ਲੜਾਈ ਹੁੰਦੀ ਹੈ ਤੇ ਲੜਾਈ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਦੋ ਜਿਹੜੇ ਗੁਆਂਢੀ ਨੇ ਆਪਸ ਦੇ ਵਿੱਚ ਇਸ ਤਰ੍ਹਾਂ ਲੜਦੇ ਨੇ ਕਿ ਇਸੇ ਦੌਰਾਨ ਇੱਕ ਗਰਭਵਤੀ ਮਹਿਲਾ ਦੇ ਜਿਹੜੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਬੇਰਹਿਮੀ ਦੇ ਨਾਲ, ਉਸ ਦੇ ਢਿੱਡ ਦੇ ਉੱਤੇ ਲੱਤਾਂ ਮਾਰੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਇਸ ਗਰਭਵਤੀ ਮਹਿਲਾ ਦਾ ਮਿਸਕੈਰੇਜ ਹੋ ਗਿਆ ਤੇ ਉਸਦਾ 6 ਮਹੀਨੇ ਦਾ ਜਿਹੜਾ ਭਰੂਣ ਸੀਗਾ ਉਸਨੇ ਮਰੇ ਹੋਏ 6 ਮਹੀਨੇ ਦੇ ਭਰੂਣ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਇਸ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਔਰਤ ਦੇ ਪਤੀ ਦੇ ਵੱਲੋਂ ਭਰੂਣ ਨੂੰ ਲੈ ਕੇ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ। ਸਾਰਾ ਇੱਕ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪਰ ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਦਾ ਵੀ ਇੱਕ ਨਜ਼ਰੀਆ ਸਾਹਮਣੇ ਆਇਆ। ਦੱਸਦੀ ਕਿ ਪੁਲਿਸ ਨੂੰ 10 ਦਿਨ ਪਹਿਲਾਂ ਹੀ ਕੰਪਲੇਂਟ ਦਰਜ ਕਰਵਾਈ ਗਈ ਸੀ, ਜਿਸ ਦੇ ਵਿੱਚ ਕਿ ਗੁਆਂਢੀਆਂ ਦੇ ਵੱਲੋਂ ਇਸ ਹਰਕਤ ਨੂੰ ਲੈ ਕੇ ਜਿਹੜਾ ਹੈ ਮਾਮਲਾ ਦਰਜ ਕਰਵਾਇਆ ਗਿਆ ਸੀ। ਪਰ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਜੋ ਪੂਰਾ ਮਾਮਲਾ ਸਾਹਮਣੇ ਆਇਆ ਉਸ ਦੇ ਮੁਤਾਬਿਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 10 ਦਿਨ ਪਹਿਲਾਂ ਹੀ ਬਸਤੀ ਬਾਵਾਖੇਲ ਥਾਣੇ ਦੇ ਅਧੀਨ ਪੈਂਦੇ ਨਿਊ ਰਤਨ ਨਗਰ ਦੇ ਵਿੱਚ ਦੋ ਬੱਚਿਆਂ ਦੀ ਲੜਾਈ ਹੋ ਜਾਂਦੀ ਹੈ। ਬਾਅਦ ਦੇ ਵਿੱਚ ਦੋ ਗੁਆਂਢੀ ਪਰਿਵਾਰ ਜਿਹੜੇ ਹੁੰਦੇ ਨੇ ਆਪਸ ਦੇ ਵਿੱਚ ਭਿੜ ਜਾਂਦੇ ਨੇ। ਗੁਆਂਢੀਆਂ ਦੀ ਲੜਾਈ ਦੇ ਦੌਰਾਨ ਗਰਭਵਤੀ ਮਹਿਲਾ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ, ਉਸਦੇ ਢਿੱਡ ਦੇ ਉੱਤੇ ਲੱਤਾਂ ਮਾਰੀਆਂ ਜਾਂਦੀਆਂ ਨੇ, ਜੋ ਕਿ ਸਾਰੀ ਵਾਰਦਾਤ ਹੈ ਮੌਕੇ ਤੇ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। 6 ਮਹੀਨੇ ਦੀ ਗਰਭਵਤੀ ਮਹਿਲਾ ਦਾ ਹੁਣ ਮਿਸ ਕੈਰੇਜ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਮ੍ਰਿਤਕ ਭਰੂਣ ਨੂੰ ਲੈ ਕੇ ਪੀੜਿਤ ਪਰਿਵਾਰ ਦੱਸਿਆ ਜਾ ਰਿਹਾ ਕਿ ਪਤੀ ਜਿਹੜਾ ਹੈ ਸੋਨੂ ਸਿੰਘ ਨਾਮਕ ਇਹ ਵਿਅਕਤੀ ਆਪਣੇ ਰਿਸ਼ਤੇਦਾਰਾਂ ਤੇ ਨਜ਼ਦੀਕੀ ਜੋ ਸਕੇ ਸੰਬੰਧੀ ਨੇ ਉਹਨਾਂ ਦੇ ਨਾਲ ਥਾਣੇ ਦੇ ਵਿੱਚ ਪਹੁੰਚਦਾ ਹੈ। ਸਾਰਿਆਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਭਰੂਣ ਨੂੰ ਹੀ ਥਾਣੇ ਦੇ ਵਿੱਚ ਰੱਖ ਕੇ ਧਰਨਾ ਵੀ ਦਿੱਤਾ ਜਾਂਦਾ ਹੈ। ਪਰਿਵਾਰਿਕ ਮੈਂਬਰਾਂ ਦੇ ਦੋਸ਼ ਲੱਗੇ ਨੇ ਕਿ ਇਸ ਕੁੱਟਮਾਰ ਦੀ ਜਿਹੜੀ ਹੈ ਸ਼ਿਕਾਇਤ ਉਸੇ ਦਿਨ ਹੀ ਥਾਣੇ ਦੇ ਵਿੱਚ ਦੇ ਦਿੱਤੀ ਗਈ ਸੀ, ਪਰ ਪੁਲਿਸ ਦੇ ਵੱਲੋਂ ਨਾ ਤਾਂ ਕੋਈ ਐਕਸ਼ਨ ਲਿਆ ਗਿਆ, ਨਾ ਕਾਰਵਾਈ ਕੀਤੀ ਗਈ, ਨਾ ਹੀ ਕਿਸੇ ਦੀ ਗ੍ਰਿਫਤਾਰੀ ਕੀਤੀ ਗਈ। ਇਸ ਸਾਰੇ ਮਾਮਲੇ ਤੇ ਬਸਤੀ ਬਾਵਾਖੇਲ ਪੁਲਿਸ ਦੇ ਸਟਾਫ ਦਾ ਕਹਿਣਾ ਸੀਗਾ ਕਿ ਜਿਸ ਦਿਨ ਇਹ ਕੰਪਲੇਂਟ ਰਜਿਸਟਰ ਹੋਈ ਸੀ ਉਸੇ ਦੌਰਾਨ ਕੁੱਟਮਾਰ ਦੀ ਧਾਰਾ ਜਿਹੜੀ ਹੈ 323 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਤੇ ਹੁਣ ਜੇਕਰ ਮਿਸ ਕੈਰੇਜ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਹੁਣ ਡਾਕਟਰੀ ਰਿਪੋਰਟਾਂ ਤੋਂ ਬਾਅਦ ਜਿਹੜੀ ਧਾਰਾਵਾਂ ਬਦਲ ਦਿੱਤੀਆਂ ਜਾਣਗੀਆਂ ਤੇ ਉਸੇ ਉੱਤੇ ਹੀ ਕਾਰਵਾਈ ਹੋਏਗੀ। ਪਰ ਇਸੇ ਦੌਰਾਨ ਪਰਿਵਾਰਿਕ ਮੈਂਬਰਾਂ ਦੇ ਦੁਆਰਾ ਕਈ ਐਸੀਆਂ ਗੱਲਾਂ ਕਹੀਆਂ ਗਈਆਂ ਨੇ ਜਿਸ ਤੋਂ ਬਾਅਦ ਪੁਲਿਸ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ। ਦੱਸ ਦਈਏ ਕਿ 10 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਗ੍ਰਿਫਤਾਰੀ ਨਹੀਂ ਹੋ ਪਾਈ ਹੈ। ਪੀੜਤ ਮਹਿਲਾ ਜਿਹੜੀ ਹੈ ਉਸੇ ਘਰ ਵਾਲੇ ਦਾ ਕਹਿਣਾ ਸੀਗਾ, ਸੋਨੂ ਸਿੰਘ ਨਾਮਕ ਇਸ ਵਿਅਕਤੀ ਦੀ ਪਹਿਚਾਣ ਹੋਈ ਹੈ। ਉਸਦਾ ਕਹਿਣਾ ਸੀਗਾ ਕਿ ਉਸਦੇ ਬੇਟੇ ਦੀ ਮੁਹੱਲੇ ਦੇ ਵਿੱਚ ਹੀ ਇੱਕ ਹੋਰ ਬੱਚਾ ਜਿਹੜਾ ਉਸਦੇ ਨਾਲ ਲੜਾਈ ਹੋ ਜਾਂਦੀ ਹੈ, ਬੈਂਸ ਬਸਈਆ ਹੋ ਜਾਂਦਾ ਹੈ। ਇਸੇ ਦੌਰਾਨ ਉਸ ਦੂਜੇ ਬੱਚੇ ਦੀ ਮਾਂ ਦੇ ਵੱਲੋਂ ਉਸਦੇ ਬੇਟੇ ਨੂੰ ਥੱਪੜ ਮਾਰਿਆ ਜਾਂਦਾ ਹੈ, ਜਿਸ ਦੀ ਹੀ ਸ਼ਿਕਾਇਤ ਲੈ ਕੇ ਇਹ ਗਰਭਵਤੀ ਮਹਿਲਾ ਜਿਹੜੀ ਹੈ ਉਹਨਾਂ ਦੇ ਘਰ ਜਾਂਦੀ ਹੈ ਤਾਂ ਕਿ ਬੱਚੇ ਦੀ ਸ਼ਿਕਾਇਤ ਕੀਤੀ ਜਾਏ। ਇਹ ਗੱਲ ਵੀ ਉਸ ਵੇਲੇ ਸਾਹਮਣੇ ਆਉਂਦੀ ਹੈ ਕਿ ਬੱਚਿਆਂ ਦੀ ਲੜਾਈ ਹੈ, ਬੱਚੇ ਕਿਸੇ ਤਰ੍ਹਾਂ ਵੀ ਇਸ ਲੜਾਈ ਨੂੰ ਸੁਲਝਾ ਲੈਣਗੇ, ਵੱਡਿਆਂ ਨੂੰ ਇਸ ਲੜਾਈ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਪਰ ਇਸੇ ਦੌਰਾਨ ਹੀ ਗੁਆਂਢੀਆਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਸ ਗਰਭਵਤੀ ਮਹਿਲਾ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ, ਉਸਦੀ ਕੁੱਟਮਾਰ ਕੀਤੀ ਜਾਂਦੀ ਹੈ, ਉਸਦੇ ਢਿੱਡ ਦੇ ਉੱਤੇ ਲੱਤਾਂ ਮਾਰੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਇਸ ਗਰਭਵਤੀ ਮਹਿਲਾ ਦੀ ਹਾਲਤ ਜਿਹੜੀ ਹੈ ਵਿਗੜਨਾ ਸ਼ੁਰੂ ਹੋ ਜਾਂਦੀ ਹੈ। ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਕਿ 10 ਦਿਨਾਂ ਮਗਰੋਂ ਦੱਸਿਆ ਜਾ ਰਿਹਾ ਕਿ ਉਸਦੇ ਵੱਲੋਂ ਉਹ 6 ਮਹੀਨੇ ਦੀ ਗਰਭਵਤੀ ਸੀਗੀ ਤੇ ਉਸਦੇ ਵੱਲੋਂ ਮ੍ਰਿਤਕ ਭਰੂਣ ਨੂੰ ਜਨਮ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਕੱਠਾ ਹੋ ਕੇ ਬੱਚੇ ਦੇ ਉਸ ਮ੍ਰਿਤਕ ਭਰੂਣ ਨੂੰ ਚੁੱਕ ਕੇ ਥਾਣੇ ਦੇ ਵਿੱਚ ਆਏ ਨੇ। ਲੋਕਾਂ ਦਾ ਕਹਿਣਾ ਕਿ ਪੁਲਿਸ ਨੂੰ ਉਸੇ ਵੇਲੇ ਹੀ ਐਕਸ਼ਨ ਲੈਣਾ ਚਾਹੀਦਾ ਸੀਗਾ। ਹੁਣ ਜਿਹੜਾ ਹੈ ਪਰਿਵਾਰਕ ਮੈਂਬਰਾਂ ਦਾ ਜਿਹੜਾ ਹੈ ਗਰਭਵਤੀ ਮਹਿਲਾ ਦੇ ਦੁਆਰਾ ਮ੍ਰਿਤਕ ਭਰੂਣ ਨੂੰ ਜਨਮ ਦਿੱਤਾ ਗਿਆ, ਪਰਿਵਾਰ ਦਾ ਇੱਕ ਜੀ ਜਿਹੜਾ ਹੱਲੇ ਆਉਣ ਵਾਲਾ ਸੀਗਾ ਉਸਦੀ ਹੀ ਇਸ ਤਰ੍ਹਾਂ ਹੱਤਿਆ ਕਰ ਦਿੱਤੀ ਗਈ ਹੈ। ਨਾਲ ਦੀ ਨਾਲ ਦੱਸੀਏ ਕਿ ਇਸ ਸਾਰੇ ਮਾਮਲੇ ਤੇ ਹੁਣ ਪੁਲਿਸ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ,
ਇਹ ਵੀ ਦੇਖਣਾ ਹੋਏਗਾ ਕਿ ਪੁਲਿਸ ਜਿਹੜੀ ਹੈ ਇਸ ਕੁੱਟਮਾਰ ਦੀ ਜਿਹੜੀ ਸ਼ਿਕਾਇਤ ਪਹਿਲਾਂ ਤੋਂ ਹੀ ਦਰਜ ਕਰਵਾਈ ਗਈ ਸੀ ਹਾਲੇ ਤੱਕ ਉਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਹੁਣ ਜਦੋਂ ਪਰਿਵਾਰ ਨੂੰ ਇੰਨਾ ਵੱਡਾ ਦੁੱਖ ਦੁਬਾਰਾ ਤੋਂ ਝੇਲਣਾ ਪਿਆ ਉਸ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਸਰ ਬੱਚੇ ਦੀ ਲੜਾਈ ਹੋਈ ਸੀਗੀ ਸਰ ਮੈਂ ਤੇ ਆਪਾਂ ਉਹਨਾਂ ਦੇ ਘਰ ਤੇ ਇਹ ਕਹਿੰਗੇ ਸੀ ਚਲੋ ਆਂਟੀ ਬੱਚੇ ਲੜਾਈ ਹੈ ਤੁਸੀਂ ਮੇਰੀ ਬੇਟੀ ਦਾ ਚਪੇੜਾ ਮਾਰ ਕੇ ਗਏ ਹੋ ਉਹਦੇ ਬੱਚੇ ਖੇਡ ਕੇ ਫਿਰ ਇੱਕੋ ਜਣੇ ਆ ਉਹਨਾਂ ਦਾ ਬੇਟੇ ਸੀਗੇ ਦੋ ਨੂੰਹ ਸੀਗੀ ਤੇ ਉਹ ਆਪ ਸੀਗੇ ਸਰ ਉਹਨਾਂ ਨੇ ਮੇਰੀ ਜਨਾਨੀ ਨਾਲ ਹੱਥਬਾਈ ਕੀਤੀ ਤੇ ਮੇਰੀ ਵਾਈਫ ਦੇ ਉਹਨਾਂ ਦੇ ਬੇਟਿਆਂ ਨੇ ਲੱਤਾਂ ਮਾਰੀਆਂ ਮੁੱਕੇ ਮਾਰੇ ਅੱਜ ਸਰ ਮੇਰੇ ਘਰ ਦੀ ਵਾਈਫ ਨੂੰ 5.5 ਮਹੀਨੇ ਦਾ ਬੇਟਾ ਹੁਣ ਜੰਗੀ ਲੱਗਾ ਹੋਇਆ ਸੀਗਾ ਅੱਜ ਉਹਨਾਂ ਨੇ ਲੱਤਾਂ ਲੁੱਤਾਂ ਮਾਰੀਆਂ ਅੱਜ ਉਹਨਾਂ ਮੇਰੇ ਬੇਟੇ ਦੀ ਡੈਥ ਹੋ ਗਈ ਸਰ ਪੰਡਿਤ ਨਾਰਾਇਣ ਸ਼ਰਮਾ ਜੀ ਸਪੈਸ਼ਲਿਸਟ ਲਵ ਮੈਰਿਜ ਦੇ ਮਾਸਟਰ ਕਿੰਗ ਵਸ਼ੀਕਰਨ ਮੁੱਠ ਕਰਨੀ ਪ੍ਰੇਮ ਵਿਵਾਹ ਮਨਚਾਹਾ ਪਿਆਰ ਕਾਲਾ ਜਾਦੂ ਕੰਮ ਦੇ ਵਿੱਚ ਰੁਕਾਵਟ ਪਤੀ ਪਤਨੀ ਚ ਅਨਬਨ ਸੋਤਨ ਦੁਸ਼ਮਣ ਤੋਂ ਛੁਟਕਾਰਾ ਕੀਤਾ ਕਰਾਇਆ ਨੌਕਰੀ ਦੇ ਵਿੱਚ ਸਮੱਸਿਆ ਪਿਆਰ ਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਕਾਲ ਕਰਨ ਏ ਟੂ ਜ਼ੈਡ ਸਮੱਸਿਆ ਦਾ ਸਮਾਧਾਨ ਹਰ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਦਾ ਹੱਲ ਕਾਲ ਕਰੋ 92569 63477